जस पंजाबी देख रहे सारे दर्शकों नूं जी आयां नूं, मैं हां नवीन शर्मा, जस कैमरे की नज़र। जी हाँ, इस प्रोग्राम दे विच असीं इह वेखदे हां पिछले कुछ दिनों दे विच नॉर्थ अमरीका दे विच की सरगर्मियां, की एक्टिविटीज़ रही। अज्ज दे सफ़र की शुरुआत करदे हां न्यूयॉर्क के प्लेन व्यू इलाके तों, जिथे गुरुद्वारे की नवी इमारत की उसारी की गई है। एतवार नूं होए इत्थे समागम दे विच हज़ारां की तादाद विच संगतां शामिल होईयां। तो आओ इस सफ़र की शुरुआत करदे हां प्लेन व्यू तों। Sat Sri Akal. I'm so pleased and honored to join with you on this incredibly important occasion as we dedicate the Guru Gobind Singh Sikh Center. Congratulations to each and every one of you, the congregants, our elders, the committee, for building a temple that is the most beautiful in all of America. ਸਿੰਘ ਜੀ, ਇਹ ਸਾਡੇ ਸਾਰਿਆਂ ਲਈ ਬਹੁਤ ਵਧਾਈ ਦਾ ਦਿਨ ਹੈ, ਸਾਰੀ ਸਿੱਖ ਕੌਮ ਲਈ, ਇਕੱਲੇ ਲੌਂਗ ਆਈਲੈਂਡ ਦੇ ਸਿੱਖਾਂ ਲਈ ਨਹੀਂ, ਇਕੱਲੇ ਅਮਰੀਕਾ ਦੇ ਸਿੱਖਾਂ ਲਈ ਨਹੀਂ, ਬਲਕਿ ਸਾਰੇ ਸੰਸਾਰ ਦੇ ਸਿੱਖਾਂ ਲਈ ਅੱਜ ਬਹੁਤ ਵਡਭਾਗਾ ਦਿਨ ਹੈ ਕਿ ਗੁਰੂ ਦੇ ਨਿਸ਼ਾਨ ਅਤੇ ਗੁਰੂ ਦੇ ਜਿਹੜੇ ਪਰਚਮ ਨੇ ਅਤੇ ਇਸ ਕਿਸਮ ਦਾ ਜਿਹੜਾ ਉਤਸ਼ਾਹ ਅਤੇ ਉਮਾ ਜਿਹੜੀ ਸਾਡੀ ਕੌਮ ਦੇ ਵਿੱਚ ਹੈ ਉਹਦਾ ਪ੍ਰਗਟਾਵਾ ਤੁਸੀਂ ਕਰਦਿਆਂ ਹੋਇਆਂ ਇਹ ਜਿਹੜੀ ਆਲੀਸ਼ਾਨ ਬਿਲਡਿੰਗ ਬਣਾਈ ਹੈ। ਆਪ ਜੀ ਵਡਭਾਗੀ ਹੋ ਅਤੇ ਗੁਰੂ ਰਵਿਦਾਸ ਜੀ ਨਵੀਂ ਬਿਲਡਿੰਗ, ਸਾਰੀ ਬਿਲਡਿੰਗ, ਸ਼ਾਨਦਾਰ ਬਿਲਡਿੰਗ ਬੈਠ ਕੇ ਗੁਰਬਾਣੀ ਦਾ ਸਮਾਨ ਰਹੇ ਹੋ। ਪਹਿਲਾਂ ਵੀ ਇਸ ਗੁਰੂ ਘਰ ਵਿੱਚ ਕਾਫੀ ਵਾਰੀ ਆਏ ਹਾਂ, ਉਹ ਬਿਲਡਿੰਗ ਛੋਟੀ ਸੀ ਪਰ ਲੋੜ ਨੂੰ ਦੇਖਦੇ ਹੋਏ ਇਹ ਖੁੱਲ੍ਹਾ ਪੰਡਾਲ, ਖੂਬਸੂਰਤ ਬਿਲਡਿੰਗ ਜੋ ਸਿੱਖੀ ਦੀ ਸ਼ਾਨ ਇਸ ਏਰੀਏ ਵਿੱਚ ਵਧਾਏਗੀ। ਅਸੀਂ ਹਮੇਸ਼ਾ ਜੋ ਵੀ ਸਟੈਪ ਲਿਆ ਹੈ ਬੜਾ ਯੂਨੀਕ ਰਿਹਾ ਹੈ। ਸਾਡੀ ਟਰੱਸਟੀ ਬੋਰਡ, ਸਾਡੀ ਐਗਜ਼ੀਕਿਊਟਿਵ ਕਮੇਟੀਜ਼ ਹਮੇਸ਼ਾ ਇਸ ਤਰੀਕੇ ਨਾਲ ਹੀ ਚੱਲੀਆਂ ਹਨ। ਸਾਡੇ ਕੋਈ ਇਲੈਕਸ਼ਨਸ ਨਹੀਂ ਹਨ, ਅਸੀਂ ਇਸ ਪਲੈਟਫਾਰਮ ਨੂੰ ਕਦੀ ਵੀ ਕਿਸੇ ਪੋਲੀਟੀਕਲ ਪਲੈਟਫਾਰਮ ਵਾਸਤੇ ਯੂਜ਼ ਨਹੀਂ ਕੀਤਾ ਔਰ ਨਾ ਹੀ ਕਰਾਂਗੇ, ਇਹ ਮੇਰਾ ਪ੍ਰੋਮਿਸ ਡਾਕਟਰ ਸਾਹਿਬ ਨੂੰ। ਦਿਸ ਇਜ਼ ਏ ਡੈਫੀਨੇਟਲੀ ਹਿਸਟੋਰਿਕ ਪਲੇਸ। 30 ਈਅਰਸ ਬੈਕ ਵੈਨ ਵੀ ਸਟਾਰਟਿਡ ਦਿਸ ਪਲੇਸ, we had laid down few rules and we have followed them, and luckily we have been able to follow them. The very first is, this is a religious place, we'll follow the religion. Second is education, and third is our culture. We decided that time and we'll continue that we will not use this platform as a political reason. ਯੂਨਾਈਟ ਹੋ ਕੇ ਅਸੀਂ ਸਾਰੇ ਗੁਰੂ ਨਾਨਕ ਦਾ ਮੈਸੇਜ, ਉਹ ਗੁਰੂ ਨਾਨਕ ਜਿਸ ਨੇ ਕਿ ਪੂਰੀ ਦੁਨੀਆ ਵਿੱਚ ਇੱਕ ਚੀਜ਼ ਪ੍ਰੂਵ ਕਰ ਦਿੱਤੀ ਹੈ ਕਿ ਅਸੀਂ ਸਾਰੇ ਸਾਂਝੇ ਹਾਂ, ਉਹਨਾਂ ਨੇ ਐਸੀ ਬੁੱਕ ਜਿਹੜਾ ਗੁਰੂ ਗ੍ਰੰਥ ਸਾਹਿਬ ਵਿੱਚ ਸਾਰੇ ਭਗਤਾਂ ਦਾ ਸਭ ਨੂੰ ਇੱਕ ਜੁਆਇਨ ਕਰਕੇ ਇੱਕ ਐਸਾ ਮੈਸੇਜ ਦਿੱਤਾ ਹੈ ਕਿ ਵੀ ਆਰ ਯੂਨੀਵਰਸਲ ਬ੍ਰਦਰਹੁੱਡ ਲਵਰਸ, ਵੀ ਬਿਲੀਵ ਇਨ ਯੂਨੀਵਰਸਲ, ਵੀ ਡੋਂਟ ਬਿਲੀਵ ਇਨ ਐਨੀ ਰੇਸਿਜ਼ਮ ਔਰ ਐਨੀਥਿੰਗ, ਬਟ ਆਲ ਵੀ ਬਿਲੀਵ ਇਜ਼ ਵੀ ਆਰ ਬ੍ਰਦਰਸ ਐਂਡ ਸਿਸਟਰਸ ਆਫ ਦ ਗਾਡ। ਇਸ ਏਰੀਆ ਮੈਂ ਇਤਨਾ ਇਨਕੀ ਪ੍ਰੈਜੈਂਸ ਇਤਨੀ ਹੈ ਔਰ ਇਤਨਾ ਖੁਸ਼ੀ ਹੋਤੀ ਹੈ ਕਿ ਦੇਖੋ ਕਿ ਇਹ ਛੋਟਾ ਸਾ, ਜੈਸੇ ਇਹਨਾਂ ਨੇ ਬੋਲਾ ਹੈ, ਛੋਟੇ ਸੇ ਗੁਰਦੁਆਰੇ ਸੇ ਇਤਨਾ ਬੜਾ ਹੁਆ ਹੈ ਔਰ ਜੋ ਇਹਨਾਂ ਨੇ ਕਰਾ ਹੈ ਇਹ ਕਮਿਊਨਿਟੀ ਕੇ ਲੀਏ, ਇਹ ਇਤਨੀ ਅੱਛੀ ਚੀਜ਼ ਹੈ ਕਿ ਇਟ ਮੇਕਸ ਮੀ ਪ੍ਰਾਊਡ ਟੂਡੇ ਟੂ ਬੀ ਹੇਅਰ। ਅੱਜ ਗੁਰਦੁਆਰਾ ਸਾਹਿਬ ਦੀ ਜਿਹੜੀ ਬਿਲਡਿੰਗ ਆ ਉਹਦੇ ਵਿੱਚ ਮਹਾਰਾਜ ਦੇ ਸਰੂਪ, ਜਿਨ੍ਹਾਂ ਦੇ ਵਿੱਚ ਉਹਨਾਂ ਨੇ ਸਮੂਹ ਸੰਗਤਾਂ ਦਾ ਅੱਜ ਦਰਸ਼ਨ ਕੀਤੇ ਆ, ਗੁਰਦੁਆਰਾ ਸਿੱਖਲ ਸੁਸਾਇਟੀ ਦੀ ਸਮੂਹ ਪ੍ਰਬੰਧਕ ਕਮੇਟੀ,
ਤੇ ਸਮੂਹ ਸੰਗਤਾਂ ਅੱਜ ਚੇਚੇ ਤੌਰ ਤੇ ਇਸ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਨੂੰ ਤੇ ਇੱਥੋਂ ਦੀਆਂ ਸੰਗਤਾਂ ਨੂੰ ਵਧਾਈ ਦੇਣ ਪਹੁੰਚੇ ਆ, ਕਿਉਂਕਿ ਇਹ ਬੜੇ ਲੰਮੇ ਸਮੇਂ ਦਾ ਕੰਮ ਜੋ ਆ ਇਹ ਅਟਕਿਆ ਪਿਆ ਸੀਗਾ, ਜਿਹਦੇ ਵਿੱਚ ਇਹਨਾਂ ਸੰਗਤਾਂ ਦੇ ਸਹਿਯੋਗ ਤੇ ਇਹਨਾਂ ਦੀ ਪ੍ਰਬੰਧਕ ਕਮੇਟੀ ਦਾ ਸਦਕਾ ਇਹ ਜਿਹੜੀ ਬਿਲਡਿੰਗ ਆ ਨਿਰਵਿਘਨ ਪੂਰੀ ਹੋਈ ਆ। ਇੱਥੋਂ ਦੀ ਮੈਨੇਜਮੈਂਟ ਦੇ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ। ਨਾਲ ਮੈਂ ਇੱਕ ਬੇਨਤੀ ਕਰਦਾ ਹਾਂ ਕਿ ਆਉਣ ਵਾਲੇ ਐਤਵਾਰ ਨੂੰ ਸਿੱਖ ਸੁਸਾਇਟੀ ਵੱਲੋਂ ਜੋ ਨਗਰ ਕੀਰਤਨ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਦੇ ਸੰਬੰਧ ਵਿੱਚ ਕੱਢਿਆ ਜਾਂਦਾ ਹੈ, ਉਹ ਸਿੱਖ ਕਲਚਰ ਸੁਸਾਇਟੀ ਤੋਂ 12 ਵਜੇ ਅਰਦਾਸ ਕਰਕੇ ਸਟਾਰਟ ਹੋਵੇਗਾ। ਆਪ ਸਭ ਸੰਗਤਾਂ ਨੂੰ ਬੇਨਤੀ ਹੈ ਕਿ ਉਸ ਵਿੱਚ ਪਰਿਵਾਰਾਂ ਸਮੇਤ ਜ਼ਰੂਰ ਪਹੁੰਚੋ ਜੀ। ਪੰਥ ਦੇ ਮਹਾਨ ਰਾਗੀ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਰੰਗੀਲਾ ਅਤੇ ਭਾਈ ਸਾਹਿਬ ਭਾਈ ਗੁਰਦਰਸ਼ਨ ਸਿੰਘ ਜੀ ਨੇ ਵਰਜੀਨੀਆ LD ਵਿਖੇ ਆਪਣੇ ਗੁਰਮਤ ਸੰਗੀਤ ਦੇ ਨਾਲ ਇੱਕ ਕੀਰਤਨ ਦਰਬਾਰ ਦਾ ਪ੍ਰਬੰਧ ਕੀਤਾ। ਵਰਜੀਨੀਆ LD ਦੀਆਂ ਸੰਗਤਾਂ ਹਰ ਮਹੀਨੇ ਨੂੰ ਇਸ ਕੀਰਤਨ ਦਰਬਾਰ ਦਾ ਪ੍ਰਬੰਧ ਕਰਦੀਆਂ ਨੇ, ਜੋ ਕਿ ਸੰਗਤਾਂ ਦੇ ਨਿਵਾਸ ਸਥਾਨ 'ਤੇ ਕੀਤਾ ਜਾਂਦਾ ਹੈ। ਆਓ ਵੇਖਦੇ ਹਾਂ ਵਰਜੀਨੀਆ ਦੀ ਇਹ ਤਸਵੀਰਾਂ। Peace.